ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਹੈ ਤਾਂ ਫਿਰ ਚੁੱਪ ਚਾਪ ਆਪਣੀ ਫੈਮਿਲੀ ਨੂੰ ਲੈ ਕੇ ਮੇਰੇ ਘਰੇ ਆ ਜਾ ਹੁਣ ਤਾਂ ਬਸ ਇਹ ਦੇਖਣਾ ਹੈ ਕਿ ਕਿਹਦੀ ਫੈਮਿਲੀ ਨੂੰ ਆਪਣੀ ਫੈਮਿਲੀ ਬਣਾਇਆ ਜਾ ਚੱਕਰ ਚੱਲਦਾ ਮੇਰਾ ਕਿਤੇ ਕੀ ਕਿਹਾ ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਹੋਣੇ ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ ਸਾਲੀ ਗੰਦੀ ਔਲਾਦ ਨਾ ਮੈਂ ਜ਼ਰਾ ਸਵਾਦ ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਹਰੇ ਹੁਣ ਐ ਕੀਤਾ ਪਿੱਠ ਪਿੱਛੇ ਕਰਾਂ ਸਾਲੇ ਡਮਰੂਆ ਜਿਹੜਾ ਪਿੱਛੇ ਵਜਾਉਣਾ ਕਾਕਾ ਜੀ ਦੀਆਂ ਹੌਬੀਜ਼ ਕੀ ਨੇ ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਹਰਾ ਚੱਕ ਕੇ ਇੱਥੇ ਰੱਖਣਾ ਕਿਸੇ ਵੀ ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਭ ਤੇਰੇ ਡੈਡੀ ਆ ਤੇ ਢਿੱਲੋਂ ਸਭ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ ਖੜ ਜਾ ਮੀਤ ਮੇਰੇ ਡੈਡੀ ਆ ਤੇ ਢਿੱਲੋਂ ਸਭ ਕਿਹਦੇ ਘਰ ਵਾਲੀ ਆ ਯਾਰ ਤੇਰੇ ਪਤੀ ਦੀ ਲੱਤ ਨਹੀਂ ਮੀਤ ਤੇਰਾ ਪਤੀ ਲੱਗ ਆਊਟ ਹੋ ਗਿਆ ਤੁਸੀਂ ਕੀ ਕਹਿ ਰਹੇ ਹੋ ਜਸ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਬਿਨਾਂ ਲੱਤਾਂ ਵਾਲੇ ਪਤੀ ਦਾ ਤੂੰ ਕੀ ਕਰੇਂਗੀ ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਅਟਿਆ ਤੇ ਐ ਚੱਲਦਾ ਮੈਂ ਤੁਹਾਡੇ ਮਨਾ ਕਰਨ ਦੇ ਬਾਵਜੂਦ ਡੈਡੀ ਜੀ ਨੂੰ ਦੱਸ ਬੈਠੀ ਉਹ ਦੇਸੀ ਹਕੀਮ ਲੈ ਕੇ ਆਇਆ ਆਓ ਜੀ ਹਕੀਮ ਸਾਹਿਬ ਆਓ ਬੇਟੇ ਚਿੰਤਾ ਨਹੀਂ ਕਰਨੀ ਹਕੀਮ ਸਾਹਿਬ ਸਭ ਠੀਕ ਕਰ ਦੇਣਗੇ ਹਾਂ ਮੈਂ ਉਹ ਸਭ ਠੀਕ ਕਰ ਦੂੰਗਾ ਪਹਿਲਾਂ ਸਭ ਜਨਾਨੀਆਂ ਨੂੰ ਬਾਹਰ ਕੱਢ ਦਿਓ ਇੱਥੇ ਤਾਂ ਜਨਾਨੀਆਂ ਖੜੀਆਂ ਲੈ ਦੇ ਕੇ ਇੱਕ ਤਾਂ ਜਨਾਨੀਆਂ ਪਰ ਜਿਹੜੀ ਵੀ ਹੈਗੀ ਇਹਨੂੰ ਬਾਹਰ ਕੱਢੋ ਕਿਉਂਕਿ ਇਲਾਜ ਬੜਾ ਟੇਢਾ ਇਹ ਤੋਂ ਦੇਖਿਆ ਨਹੀਂ ਜਾਣਾ ਹੁਣ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਐ ਦੱਸੋ ਵੀ ਤੁਹਾਡੇ ਮਰੀਜ਼ ਕਿਹੜਾ बेटे दिल ना छड़ो हकीम साहब ने बड़िया बड़िया बीमारियां ठीक कीतियां ढिल्लो साहब गोल्डी ने देसी इलाज नाल ठीक नहीं होना तू ठीक नहीं होना ठीक नहीं होना ओहो बुगे घबराने क्यों ਮੰਨਿਆ ਕਲਾਜ ਥੋੜਾ ਟੇਢਾ ਭਾਵੇਂ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ ਪਰ ਮੈਂ ਕਰਾਂਗਾ ਗਰੰਟੀ ਨਾਲ ਦੇਖੋ ਤੁਹਾਡੇ ਭਾਵੇਂ ਤੁਹਾਡੇ ਇੱਥੇ ਪਰ ਲੱਤਾਂ ਮਿਰਖਾ ਸਿਉਂ ਵਾਂਗੂ ਭੱਜਣਗੀਆਂ ਭੱਜਣਗੀਆਂ ਫਿਰ ਮੈਨੂੰ ਉਲਾਮਾ ਨਹੀਂ ਦੇਣਾ ਕਿ ਓਵਰ ਸਪੀਡ ਕਰਕੇ ਲੱਤਾਂ ਦਾ ਚਲਾਨ ਕੱਟਿਆ ਗਿਆ ਉਹ ਹਕੀਮ ਸਾਹਿਬ ਕੀ ਟ੍ਰੈਫਿਕ ਰੂਲ ਜੇ ਸਮਝਾਈ ਜਾਂਦੇ ਹੋ ਜਿਹੜਾ ਕੰਮ ਕਰਨਾ ਉਹ ਕਰੋ ਹਾਂ ਆ ਦੇਖੋ ਮਹਿਸੂਸ ਹੋ ਰਿਹਾ ਨਹੀਂ ਨਹੀਂ ਹੋ ਰਿਹਾ ਨਹੀਂ ਹੁਣ ਤਾਂ ਜਮਾ ਨਹੀਂ ਹੋਇਆ ਨਾ ਨਾ ਹਕੀਮ ਸਾਹਿਬ ਹੱਥ ਤਾਂ ਪਾਇਓ ਜੇ ਬਿਮਾਰੀ ਸਮਝ ਆਉਂਦੀ ਹੈ ਨਹੀਂ ਤਾਂ ਕੋਰਾ ਜਵਾਬ ਦੇ ਦਿਓ ਤੁਹਾਡੀ ਪੇਮੈਂਟ ਹੋ ਜੂਗੀ ਹਨਾ ਮੈਂ ਸਭ ਸਮਝ ਗਿਆ ਇੱਕ ਤਾਂ ਟੈਨਸ਼ਨ ਨਹੀਂ ਲੈਣੀ ਘਬਰਾਉਣਾ ਨਹੀਂ ਜੇ ਜੀ ਕੱਚਾ ਹੋਵੇ ਤਾਂ ਦੰਦਾਂ ਥੱਲੇ ਜੀਵ ਦਬਾ ਕੇ ਬੈਠ ਜਾਣਾ ਤੇ ਜਦੋਂ ਮਹਿਸੂਸ ਹੋਇਆ ਤਾਂ ਬੋਲ ਕੇ ਦੱਸਣਾ ਠੀਕ ਹੈ ਮਹਿਸੂਸ ਹੋਇਆ ਨਾ ਨਾ पर तू अपना स्टैंड नहीं छड़ना जे महसूस नहीं हो रहा तो कह भी महसूस नहीं हो रहा क्यों जी बिल्कुल ਕੀ ਮਤਲਬ ਉਹ ਮਤਲਬ ਲੱਤਾਂ ਟੈਂਪਰੇਰੀ ਖੜੀਆਂ ਨੇ ਜਿਹੜੇ ਹਿਸਾਬ ਨਾਲ ਸਾਰਾ ਡਾਂਗਾ ਮਾਰ ਰਹੇ ਨੇ ਪਰਮਾਨੈਂਟ ਖੜਾ ਦੇਣੀਆਂ ਨੇ ਜਲਾਦ ਨਾ ਹੋਵੇ ਤਾਂ ਮਾਈਂਡ ਨੂੰ ਜਲਾਦ ਕੇ ਉਹ ਅਸੀਂ ਖਾਨਦਾਨੀ ਹਕੀਮ ਹੁੰਨੇ ਆ ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹਿਆ ਹੋਇਆ ਐਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹਿਆ ਹੋਇਆ ਸਾਡੀ ਤਾਂ ਬੇਟੀ ਖੜੀ ਹੈ ਨਾ ਜੀ ਬਹਿ ਜਾਤੀ ਹੈ ਹੁਣ ਲੱਗਦਾ ਮੈਂ ਵਿਆਹਿਆ ਹੋਇਆ